ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਬੜਾ ਬਹੁਤ ਪਿੱਛੇ ਚਲਾ ਗਿਆ। ਪਹਿਲਾਂ 5 ਸਾਲ ਲੰਘ ਗਏ, ਅਕਾਲੀ ਦਲ ਨੇ ਸਿਧਾਂਤ ਜਿਹੜੇ ਨੇ ਉਹ ਜਿਹੜੇ ਛੱਡੇ ਹੋਏ ਸਿਧਾਂਤ ਨੇ ਉਹਨਾਂ 'ਤੇ ਵਾਪਸ ਨਹੀਂ ਆਏ ਅੱਜ ਤੱਕ। ਭਾਈ ਰੱਖੜਾ ਸਾਹਿਬ ਵਰਗਾ ਵਿਅਕਤੀ ਜਿਹੜਾ ਪਾਰਟੀ ਦੇ ਵਿੱਚ ਏਡਾ ਵੱਡਾ ਕੱਦ ਹੋਵੇ, ਉਹ ਵੀ ਅੱਜ MLA ਦੀ ਇਲੈਕਸ਼ਨ ਅਕਾਲੀ ਦਲ ਵੱਲੋਂ ਲੜਨ ਲਈ ਉਹਨਾਂ ਨੇ ਕਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਅੱਗੇ ਕੋਈ ਵੀ। ਜਦੋਂ ਲੋਕ ਥੱਲੇ ਦੱਸਦੇ ਨੇ ਵੀ ਅਕਾਲੀ ਦਲ 'ਚ ਆਹ ਸੁਧਾਰ ਕਰੋ, ਉਹਨਾਂ ਦੀ ਸੁਣੀ ਨਹੀਂ ਜਾਂਦੀ, ਤਾਂ ਉਹਨਾਂ ਨੇ ਅਕਾਲੀ ਦਲ ਛੱਡਣ ਦੀ ਥਾਂ 'ਤੇ ਕਹਿਤਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ MLA ਦੀ ਕੋਈ ਵੀ। ਕਦੇ ਉਹਨਾਂ 'ਤੇ ਕਿਸੇ 'ਤੇ ਅਸਰ ਹੀ ਨਹੀਂ ਹੋਣਾ ਗੱਲ ਦਾ, ਕਿਤੇ ਕਿਸੇ ਤਰ੍ਹਾਂ ਦਾ ਹੋਣਾ। ਤੁਸੀਂ ਇੱਕ ਦੇਖੋ, ਪਿੱਛੇ ਇਲੈਕਸ਼ਨ ਹੋਈ ਸੰਗਰੂਰ, ਪਾਰਟੀ ਦਾ ਕੀ ਹਾਲ ਹੋਇਆ। ਜਲੰਧਰ ਇਲੈਕਸ਼ਨ ਹੈ ਅਤੇ ਸਾਡਾ ਜਿਹੜਾ ਪਾਰਟੀ ਦਾ ਪ੍ਰਧਾਨ ਸੀ ਸੁਖਬੀਰ ਸਿੰਘ ਬਾਦਲ, ਉਹ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਟਿਕਟ ਹੈ ਉਹ ਅਨਾਊਂਸ ਕਰੀ ਜਾਂਦਾ। ਅੱਜ ਉਹ ਜਿਹੜੇ ਵਿਅਕਤੀ ਨੂੰ ਅਨਾਊਂਸ ਕੀਤਾ ਸੀ ਉਹ ਵੀ ਛੱਡ ਕੇ ਸ਼ਾਇਦ ਕਾਂਗਰਸ ਜਾਂ ਆਮ ਆਦਮੀ ਚਲਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੁਰਜੀਤ ਸਿੰਘ ਅਵਲੇਵਾਲ ਜੀ, ਅੱਜ ਜੀ ਨਵੀਂ ਪਾਰਟੀ ਹੈ, ਅੱਜ ਹੀ ਮੁੱਖ ਮੰਤਰੀ ਸਾਹਿਬ ਆ ਰਹੇ ਹੈ, ਪਹਿਲਾਂ ਇਹ ਦੱਸੋ ਤੁਸੀਂ ਕਿਆ ਕਾਰਨ ਹੋ ਗਏ ਅਕਾਲੀ ਦਲ ਤੋਂ ਇੱਧਰ? ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਬੜਾ ਬਹੁਤ ਪਿੱਛੇ ਚਲਾ ਗਿਆ। ਪਹਿਲਾਂ 5 ਸਾਲ ਲੰਘ ਗਏ, ਅਕਾਲੀ ਦਲ ਨੇ ਸਿਧਾਂਤ ਜਿਹੜੇ ਨੇ ਉਹ ਜਿਹੜੇ ਛੱਡੇ ਹੋਏ ਸਿਧਾਂਤ ਨੇ ਉਹਨਾਂ 'ਤੇ ਵਾਪਸ ਨਹੀਂ ਆਏ ਅੱਜ ਤੱਕ। ਇਹ ਵੱਡਾ ਕਾਰਨ ਹੈ, ਹੋਰ ਵੀ ਨਾਲ ਬਹੁਤ ਸਾਰੇ ਕਾਰਨ ਨੇ। ਪਰ ਤੁਸੀਂ ਅਕਾਲੀ ਦਲ, ਇੱਕ ਮੇਨ ਕਾਰਨ ਇਹ ਹੈ ਭਾਈ ਰੱਖੜਾ ਸਾਹਿਬ ਵਰਗਾ ਵਿਅਕਤੀ ਜਿਹੜਾ ਪਾਰਟੀ ਦੇ ਵਿੱਚ ਏਡਾ ਵੱਡਾ ਕੱਦ ਹੋਵੇ, ਉਹ ਵੀ ਅੱਜ MLA ਦੀ ਇਲੈਕਸ਼ਨ ਅਕਾਲੀ ਦਲ ਵੱਲੋਂ ਲੜਨ ਲਈ ਉਹਨਾਂ ਨੇ ਕਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਅੱਗੇ ਕੋਈ ਵੀ। ਉਹਦੇ ਬਾਰੇ ਵੀ ਅਸੀਂ ਇਹ ਸਮਝਿਆ ਵੀ ਰੱਖੜਾ ਸਾਹਿਬ ਵੀ ਕਿਤੇ ਨਾ ਕਿਤੇ ਇਸ ਗੱਲ ਤੋਂ ਮਜੂਸ ਨੇ ਵੀ ਜੇ ਉੱਪਰ ਉਹਨਾਂ ਦੀ ਹਾਈਕਮਾਂਡ ਗੱਲ ਨਹੀਂ ਸੁਣਦੀ। ਜਦੋਂ ਲੋਕ ਥੱਲੇ ਦੱਸਦੇ ਨੇ ਵੀ ਅਕਾਲੀ ਦਲ 'ਚ ਆਹ ਸੁਧਾਰ ਕਰੋ, ਉਹਨਾਂ ਦੀ ਸੁਣੀ ਨਹੀਂ ਜਾਂਦੀ, ਤਾਂ ਉਹਨਾਂ ਨੇ ਅਕਾਲੀ ਦਲ ਛੱਡਣ ਦੀ ਥਾਂ 'ਤੇ ਕਹਿਤਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ MLA ਦੀ ਕੋਈ ਵੀ। ਤਾਂ ਅਸੀਂ ਇਸ ਗੱਲ ਤੋਂ ਵੀ ਮਤਲਬ ਸਾਡਾ ਮਨ ਸੀ ਵੀ ਜਦ ਲੋਕਾਂ ਦੇ ਵਿੱਚ ਕੰਮ ਕਰਨਾ ਤਾਂ MLA ਦੀ ਇਲੈਕਸ਼ਨ ਜਿਹੜੀ ਜ਼ਰੂਰੀ ਹੈ। ਤਾਂ ਲੰਮੇ ਸਮੇਂ ਤੋਂ ਰੱਖੜਾ ਸਾਹਿਬ ਨੂੰ ਅਸੀਂ ਕਹਿੰਦੇ ਰਹੇ ਵੀ MLA ਦੀ ਇਲੈਕਸ਼ਨ ਲੜਨ ਲਈ ਕੋਈ ਫੈਸਲਾ ਲਓ, ਪਰ ਉਹਨਾਂ ਨੇ ਕਿਹਾ ਨਹੀਂ MLA ਦੀ ਇਲੈਕਸ਼ਨ ਲੜਨੀ ਨਹੀਂ ਅਸੀਂ ਕੋਈ। ਹੁਣ ਤੁਹਾਡੀ ਇਹ ਸਰਕਾਰ ਤੋਂ ਤੁਸੀਂ ਆਏ ਹੋ, ਮਤਲਬ ਵਿਰੋਧੀ ਇਹ ਕਹਿ ਰਹੇ ਹਾਂ ਵੀ ਸੁਰਜੀਤ ਨਾਲ ਅਕਾਲੀ ਦਲ ਅੱਧਾ ਹੋ ਗਿਆ। ਦੇਖੋ, ਅਕਾਲੀ ਦਲ ਦੇ ਵਿੱਚ 44 ਸਾਲ ਹੋ ਗਏ ਕੰਮ ਕਰਦਿਆਂ, ਅਤੇ ਮੇਰੇ ਨਾਲ ਬੜੇ ਪ੍ਰਮੁੱਖ ਆਗੂ ਜਿਹੜੇ ਨੇ, ਜਸਪਾਲ ਸਿੰਘ ਕਲਿਆਣ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਰਹੇ ਨੇ, ਪੰਜ ਸਾਲ ਚੇਅਰਮੈਨ ਰਹੇ ਨੇ, ਬਲਦੇਵ ਸਿੰਘ ਪਠੋਈ ਨੇ ਜਿਹੜੇ ਬਲਾਕ ਸਮਿਤੀ ਦੇ ਚੇਅਰਮੈਨ ਰਹੇ ਨੇ, ਉਸ ਤੋਂ ਬਿਨਾਂ ਜਿਹੜੇ ਕੌਂਸਲਰ ਨੇ, ਬਹੁਤ ਸਾਰੇ ਆਗੂ ਆਏ ਨੇ ਔਰ ਹੋਰ ਬਹੁਤ ਆਉਣ ਲਈ ਤਿਆਰ ਨੇ। ਪਰ ਉਹ ਕਹਿੰਦੇ ਪਾਰਟੀ ਨੇ ਦਿੱਤਾ ਬੜਾ ਕੁਛ ਸੀ, ਛੱਡ ਕੇ ਕਿਉਂ ਗਏ? ਪਾਰਟੀ ਦੇ ਬਹੁਤ ਕੁਝ ਦਿੱਤਾ, ਪਾਰਟੀ ਲਈ 44 ਸਾਲ ਤੋਂ ਕੰਮ ਕਰ ਰਹੇ ਹਾਂ, ਪਰ ਪਾਰਟੀ ਨੂੰ ਲੰਬਾ ਸਮਾਂ ਤੋਂ, ਮੇਰੀ ਤਾਂ ਛੱਡੋ ਗੱਲ, ਜਿਹੜੇ ਪਾਰਟੀ ਦੇ ਵੱਡੇ ਆਗੂ ਨੇ ਉਹ ਤਰਲੇ ਕਰਕੇ ਮਰ ਗਏ ਵੀ ਪਾਰਟੀ ਦੇ ਵਿੱਚ ਜਿਹੜੇ ਸਿਧਾਂਤ ਨੇ ਉਹ ਠੀਕ ਕਰ ਲਓ, ਜਦੋਂ ਉਹਨਾਂ 'ਤੇ ਕਿਸੇ 'ਤੇ ਅਸਰ ਹੀ ਨਹੀਂ ਹੋਣਾ ਗੱਲ ਦਾ, ਕਿਤੇ ਕਿਸੇ ਤਰ੍ਹਾਂ ਦਾ ਹੋਣਾ। ਤੁਸੀਂ ਇੱਕ ਦੇਖੋ, ਪਿੱਛੇ ਇਲੈਕਸ਼ਨ ਹੋਈ ਸੰਗਰੂਰ, ਪਾਰਟੀ ਦਾ ਕੀ ਹਾਲ ਹੋਇਆ। ਜਲੰਧਰ ਇਲੈਕਸ਼ਨ ਹੈ ਅਤੇ ਸਾਡਾ ਜਿਹੜਾ ਪਾਰਟੀ ਦਾ ਪ੍ਰਧਾਨ ਸੀ ਸੁਖਬੀਰ ਸਿੰਘ ਬਾਦਲ, ਉਹ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਟਿਕਟ ਹੈ ਉਹ ਅਨਾਊਂਸ ਕਰੀ ਜਾਂਦਾ। ਅੱਜ ਉਹ ਜਿਹੜੇ ਵਿਅਕਤੀ ਨੂੰ ਅਨਾਊਂਸ ਕੀਤਾ ਸੀ ਉਹ ਵੀ ਛੱਡ ਕੇ ਸ਼ਾਇਦ ਕਾਂਗਰਸ ਜਾਂ ਆਮ ਆਦਮੀ ਚਲਾ ਗਿਆ। ਜਲੰਧਰ ਦੀ ਇਲੈਕਸ਼ਨ ਹੋ ਰਹੀ ਹੈ, ਜਿਮਨੀ ਚੋਣ ਹੋ ਰਹੀ ਸੀ ਜਦੋਂ ਕਿ ਜਿਹੜੀ ਆਮ ਚੋਣਾਂ ਸੀ ਅਜੇ ਦੂਰ ਸੀ। ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਪਾਰਟੀ ਦੇ ਵਿੱਚ ਕਿਤੇ ਸੁਧਾਰ ਨਹੀਂ ਹੋਇਆ, ਅਤੇ ਇਹ ਸਾਰੀਆਂ ਗੱਲਾਂ ਦੇ ਨਾਲ ਸਾਡਾ ਜਿਹੜਾ ਮਨ ਬਹੁਤ ਦੁਖੀ ਸੀ।
ਸੋ ਬਿਲਕੁਲ ਸਰ, ਸੁਰਜੀਤ ਸਿੰਘ ਅਬੋਲੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਰਹਿ ਕੇ ਉਹਨਾਂ ਸਰਕਾਰ ਦਾ ਕੰਮ ਕਰਾਂਗੇ, ਔਰ ਉਹਨਾਂ ਨੇ ਅਕਾਲੀ ਦਲ 'ਚ ਕਿਹਾ ਕਿ ਵਰਕਰਾਂ ਦੀ ਕੁਛ ਨਹੀਂ ਹੋ ਰਹੀ ਤਾਂ ਉਹਨਾਂ ਨੇ ਪਾਰਟੀ ਛੱਡੀ ਆ।